ਉੱਥੇ ਹੀ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਨੀਂਹ ਪੱਥਰ ਰੱਖਣ ਲਈ ਆਯੋਜਿਤ ਕੀਤੇ ਗਏ ਸਮਾਗਮ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਦਿੱਤੇ ਗਏ ਭਾਸ਼ਣ ਦਾ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਨੀਂਹ ਪੱਥਰ ਰੱਖਣ ਲਈ ਲਗਾਈ ਗਈ ਧਾਰਮਿਕ ਸਟੇਜ ਤੇ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਦੇ ਤਿੱਖੇ ਨਿਸ਼ਾਨੇ ਬਿੰਨੇ। ਧਾਰਮਿਕ ਸਟੇਜ ਤੇ ਸਿਆਸੀ ਹਮਲੇ ਬੋਲਦੇ ਹੋਏ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੋਦੀ ਦੀ ਸਰਕਾਰ ਵਿੱਚ 1984 ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲੀਆਂ ਨੇ ਅਤੇ ਅਗਾਂਹ ਵੀ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਏਗਾ। ਇਸ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ। ਇਸ ਦੌਰਾਨ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਭਾਜਪਾ ਆਗੂ ਵਿਜੇ ਸਾਂਪਲਾ ਵੱਲੋਂ ਰੰਧਾਵਾ ਨੂੰ ਸ਼ਾਂਤ ਕੀਤਾ ਗਿਆ। ਅੱਜ ਇੱਕ ਇਤਿਹਾਸਿਕ ਮੌਕੇ ਤੇ ਪਹੁੰਚੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਸਿੱਖ ਕੌਮ ਦੇ ਉੱਤੇ ਕੀਤਾ ਹੋਇਆ ਇਹ ਵੱਡਾ ਅਹਿਸਾਨ, ਜਿਹੜੀ ਪਰਮਾਤਮਾ ਦੀ ਕਿਰਪਾ ਦੇ ਨਾਲ ਗੁਰੂ ਸਾਹਿਬ ਨੇ ਆਪ ਪ੍ਰਧਾਨ ਮੰਤਰੀ ਮੋਦੀ ਜੀ ਤੋਂ ਕਹਿਲਾਇਆ ਤੇ ਕਰਵਾਇਆ, ਅੱਜ ਸਾਡੀ ਕੌਮ ਦੇ ਇਤਿਹਾਸ ਵਿੱਚ ਸ਼ਾਇਦ ਸਭ ਤੋਂ ਇਤਿਹਾਸਿਕ ਦਿਨ ਅੱਜ ਹੈਗਾ। 70 ਸਾਲਾਂ ਦੀ ਪੁਰਾਣੀ ਅਰਦਾਸ, ਜਿਹੜੀ ਸ਼ੁਰੂਆਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਹਰ ਸਵੇਰੇ ਤੇ ਹਰ ਸ਼ਾਮ ਤੇ ਦੁਨੀਆ ਦੇ ਕਿਸੇ ਕੋਨੇ ਵਿੱਚ ਬੈਠਾ ਕੋਈ ਵੀ ਨਾਨਕ ਨਾਮ ਲੇਵਾ ਸਿੱਖ ਹੋਏ, ਅੱਜ ਉਹ ਅਰਦਾਸ ਗੁਰੂ ਸਾਹਿਬ ਦੀ ਅਪਾਰ ਕਿਰਪਾ ਦੇ ਨਾਲ ਹਕੀਕਤ ਬਣਦੀ ਹੋਈ ਨਜ਼ਰ ਆ ਰਹੀ ਹੈ। ਪੰਥ ਨੂੰ ਵਿਛੋੜੇ ਹੋਏ ਗੁਰੂ ਧਾਮਾਂ ਦੇ ਨਾਲ ਦਰਸ਼ਨ ਦੀਦਾਰ ਦੀ ਅਰਦਾਸ ਹਰ ਸਿੱਖ ਨੇ ਸਵੇਰ ਸ਼ਾਮ ਆਪਣੇ ਮਾਲਕ ਦੇ ਚਰਨਾਂ 'ਚ ਅਰਦਾਸ, ਜਿਹੜਾ ਅੱਜ ਇਹ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ, ਇਹ ਉਸ ਅਰਦਾਸ ਤੇ ਤਾਕਤ ਦੀ ਸ਼ਕਤੀ ਦਾ ਸਬੂਤ ਹੈ ਕਿ ਇਹ ਇਤਿਹਾਸ ਰਚਿਆ ਜਾ ਰਿਹਾ ਹੈ। ਡੇਰਾ ਬਾਬਾ ਨਾਨਕ ਦੇ ਇਸ ਸੁਭਾਗੀ ਧਰਤੀ ਵਿੱਚ ਆ ਕੇ ਮੈਂ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਮਨ ਕਰਦੀ ਹਾਂ ਤੇ ਸ਼ੁਕਰਾਨਾ ਕਰਦੀ ਹਾਂ। ਜਿੱਥੇ ਮੈਂ ਪ੍ਰਧਾਨ ਮੰਤਰੀ ਜੀ ਦਾ ਸ਼ੁਕਰਾਨਾ ਕਰਦੀ ਹਾਂ, ਉੱਥੇ ਮੈਂ ਸ਼ੁਕਰਾਨਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜੀ ਦਾ ਵੀ ਕਰਦੀ ਹਾਂ, ਇਮਰਾਨ ਖਾਨ ਸਾਹਿਬ ਦਾ, ਜਿਨ੍ਹਾਂ ਨੇ ਇਸ ਕੰਮ ਨੂੰ ਅੱਗੇ ਲਿਜਾਣ ਵਾਸਤੇ ਅਗਲੇ 2 ਦਿਨਾਂ ਬਾਅਦ ਨੀਂਹ ਪੱਥਰ ਰੱਖਣ ਦਾ ਉਹਨਾਂ ਨੇ ਵੀ ਫੈਸਲਾ ਕਰ ਦਿੱਤਾ ਹੈਗਾ। ਅੱਜ ਮੈਂ ਕਹਿ ਸਕਦੀ ਹਾਂ ਕਿ ਗੁਰੂ ਨਾਨਕ ਸਾਹਿਬ ਦੀ ਰਹਿਮਤ ਤੇ ਬਖਸ਼ਿਸ਼ ਦਾ ਸਭ ਤੋਂ ਵੱਡਾ ਸਬੂਤ ਆ ਹੈ। ਦੋ ਦੇਸ਼ਾਂ ਨੇ ਆਪਣੀ ਕੜਵਾਹਟ ਨੂੰ ਛੱਡ ਕੇ ਆਪਣੀ ਦੂਰੀਆਂ ਨੂੰ ਦੂਰ ਕਰਕੇ ਇਹਨਾਂ ਦੂਰੀਆਂ ਨੂੰ ਨਜ਼ਦੀਕੀਆਂ ਤੇ ਪਿਆਰ ਵਿੱਚ ਜੋੜਨ ਵਾਸਤੇ ਇਹ ਵੱਡਾ ਪਹਿਲਾ ਕਦਮ ਇਹ ਪੱਟਿਆ ਹੈ। ਅੱਜ ਇਸ ਸਟੇਜ ਵਿੱਚ ਵੀ ਗੁਰੂ ਨਾਨਕ ਸਾਹਿਬ ਮੈਨੂੰ ਨਜ਼ਰ ਆਉਂਦੇ ਨੇ, ਉਹਨਾਂ ਦੀ ਰਹਿਮਤ ਨਜ਼ਰ ਆਉਂਦੀ ਹੈ, ਜਿੱਥੇ ਸਾਰੀ ਪਾਰਟੀਆਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ, ਧੜੇਬੰਦੀ ਤੋਂ ਉੱਠ ਕੇ, ਆਪਣੇ ਮਨ ਮਟਾਵ ਤੋਂ ਉੱਪਰ ਉੱਠ ਕੇ ਅੱਜ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਅਸੀਂ ਰਲ ਮਿਲ ਕੇ ਇਸ ਲਾਂਘੇ ਨੂੰ ਹਕੀਕਤ ਬਣਾਉਣ ਵਾਸਤੇ ਸੂਬੇ ਦੀ ਦੇਸ਼ ਦੀ ਸਰਕਾਰ ਇਕੱਠੇ ਹੋ ਕੇ ਇਹਨੂੰ ਹਕੀਕਤ ਬਣਾਉਣ ਵਾਸਤੇ ਕੰਮ ਕਰੀਏ। ਇਹ ਮਾਲੂਮ